ਸਾਡਾ ਇਹ ਕੋਰਸ ਆ, ਇਹ ਬਕਾਇਦਾ ISO ਇੰਟਰਨੈਸ਼ਨਲ ਮਾਨਤਾ ਪ੍ਰਾਪਤ ਆ, ਇਹ ਸਾਡਾ ਸਰਟੀਫਿਕੇਟ ਆ ਜਿਹੜਾ ਇਹ ਤੁਹਾਡਾ ਵਿਦੇਸ਼ ਵਿੱਚ ਵੀ ਚੱਲੇਗਾ। ਜੇ ਤੁਸੀਂ ਇੰਡੀਆ ਦਾ LMB ਲਾਇਸੈਂਸ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਕਾਫੀ ਉਹਦੇ ਵਿੱਚ ਬੈਨੀਫਿਟ ਰਹਿੰਦਾ। ਜਿਸ ਬੱਚੇ ਕੋਲ LMB 1 ਸਾਲ ਪੁਰਾਣਾ ਕੈਨੇਡਾ ਦੇ ਵਿੱਚ, ਉਹ ਡਾਇਰੈਕਟ ਟਰਾਈ ਦੇ ਕੇ ਲਾਇਸੈਂਸ ਆਪਣਾ ਲੈ ਸਕਦਾ, ਉਹਨੂੰ ਉੱਥੇ ਦਾ ਲਰਨਿੰਗ ਲੈਣ ਦੀ ਜ਼ਰੂਰਤ ਨਹੀਂ ਹੈ। 3 ਤਰ੍ਹਾਂ ਦੇ ਡਰਾਈਵਿੰਗ ਸਾਈਨ ਜਿਹੜੇ ਆ, ਰੋਡ ਸਾਈਨ ਜਿਹੜੇ ਆ, ਉਹ ਹੁੰਦੇ ਆ ਇੱਕ ਸਰਕਲ ਦੇ ਵਿੱਚ, ਟ੍ਰਾਇੰਗਲ ਦੇ ਵਿੱਚ ਅਤੇ ਰੈਕਟੈਂਗਲ ਦੇ ਵਿੱਚ। ਮੈਂ ਟਰਾਲਾ ਚਲਾਉਣਾ ਸਿੱਖਣਾ, ਮੈਂ ਬਾਹਰ ਦੀ ਫੋਰਨ ਕੰਟਰੀ ਦਾ ਅਪਲਾਈ ਕਰਨਾ ਹੈ ਕੈਨੇਡਾ ਦਾ, ਅਤੇ ਮੇਰੇ ਭਰਾ ਨੇ ਮੈਨੂੰ ਰੈਕਮੈਂਡ ਕੀਤਾ ਕਿ ਟਰਾਲਾ ਸਿੱਖੇ ਕਿਉਂਕਿ ਉਹ ਉੱਧਰ ਡਰਾਈਵਰ ਹੈ। 5 ਜਣੇ ਨੇ ਫਾਇਦਾ ਬਹੁਤ ਹੈ ਜੀ, ਨਹੀਂ ਬਸ ਲੇਬਰ ਦਾ ਕੰਮ ਕਰਨਾ ਆਪਣਾ, ਇਹ ਚਲਾਵਾਂਗੇ ਤਾਂ ਸੈਲਰੀ ਵੀ ਜ਼ਿਆਦਾ ਹੈ ਸਰ, ਭਾਅ ਜੀ ਵਧੀਆ। ਸਾਡੇ ਕੋਲ ਜ਼ਿਆਦਾਤਰ ਸਟੂਡੈਂਟ ਉਹ ਆ ਜਿਹੜੇ ਅੱਜ ਕੱਲ੍ਹ ਆਈਲੈਟਸ ਕਰਕੇ ਸਟੱਡੀ ਵੀਜ਼ੇ 'ਤੇ ਬਾਹਰ ਜਾ ਰਹੇ ਆ। ਜੇ ਤੁਸੀਂ ਇੰਡੀਆ ਤੋਂ ਥੋੜ੍ਹੀ ਟ੍ਰੇਨਿੰਗ ਇਹਨਾਂ ਚੀਜ਼ਾਂ ਦੀ ਲੈ ਕੇ ਜਾਓ ਤਾਂ ਤੁਹਾਡਾ ਉੱਥੇ ਕਾਫੀ ਪੈਸਾ ਬਚ ਸਕਦਾ ਅਤੇ ਤੁਸੀਂ ਵਧੀਆ ਢੰਗ ਨਾਲ ਆਪਣਾ ਉੱਥੇ ਪੈਸਾ ਵੀ ਕਮਾ ਸਕਦੇ ਹੋ। ਅਤੇ ਉਹਨਾਂ ਦਾ ਜਿਹੜਾ ਟਰਾਲੇ ਦਾ ਲਾਇਸੈਂਸ ਹੈ ਉਦੋਂ ਤੱਕ ਬਣਦਾ ਜਦੋਂ ਤੱਕ PR ਨਹੀਂ ਹੁੰਦੀ, ਅਤੇ ਇਹ ਇੱਕ ਇਹੋ ਜਿਹਾ ਸਾਧਨ ਆ ਕਿ ਇਹਦਾ ਕੰਮ ਵੀ ਬਹੁਤ ਆ, ਉੱਥੇ ਵੇਅਰ ਹਾਊਸ ਫੈਕਟਰੀਆਂ ਦੇ ਵਿੱਚ ਬਹੁਤ ਇਹ ਤੋਂ ਕੰਮ ਲਿਆ ਜਾਂਦਾ, ਅਤੇ ਇਹਦਾ ਸਟੂਡੈਂਟ ਵੀਜ਼ੇ ਦੇ ਵਿੱਚ ਇਹਦਾ ਲਾਇਸੈਂਸ ਬੜੀ ਈਜ਼ੀ ਤਰੀਕੇ ਨਾਲ ਹੋ ਜਾਂਦਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੰਜਾਬੀ 365 ਦੀ ਟੀਮ ਅੱਜ ਇੱਕ ਨਵੇਂ ਡਰਾਈਵਿੰਗ ਸਕੂਲ ਜਿਹੜਾ ਪਿਛਲੇ 5 ਸਾਲ ਤੋਂ ਚੱਲ ਰਿਹਾ ਡਰਾਈਵਿੰਗ ਸਕੂਲ 'ਚ ਅੱਜ ਇਸ ਕਰਕੇ ਤੁਹਾਨੂੰ ਲੈ ਕੇ ਆਏ ਹਾਂ ਕਿਉਂਕਿ ਸੜਕ ਦੇ ਉੱਤੇ ਦੁਰਘਟਨਾ ਬਹੁਤ ਜ਼ਿਆਦਾ ਹੁੰਦੀਆਂ। ਜੇ ਤੁਸੀਂ ਡਰਾਈਵਿੰਗ ਨਹੀਂ ਸਿੱਖੀ ਹੋਈ ਤਾਂ ਦੁਰਘਟਨਾ ਦੇ ਤੁਸੀਂ ਸ਼ਿਕਾਰ ਹੁੰਦੇ ਆ। ਸਾਰਿਆਂ ਨਾਲੋਂ ਪਹਿਲਾਂ ਤੁਸੀਂ ਕਿਸੇ ਨਾ ਕਿਸੇ ਮਾਨਤਾ ਪ੍ਰਾਪਤ ਡਰਾਈਵਿੰਗ ਸਕੂਲ ਤੋਂ ਡਰਾਈਵਿੰਗ ਕਰਨੀ ਆ ਅਤੇ ਸਿੱਖਣੀ ਆ, ਅਤੇ ਅੱਜ ਪਹੁੰਚੇ ਹਾਂ ਅਸੀਂ ਪੰਜਾਬ ਡਰਾਈਵਿੰਗ ਸਕੂਲ ਜਿੱਥੋਂ ਹਜ਼ਾਰਾਂ ਬੱਚੇ ਡਰਾਈਵਿੰਗ ਸਿੱਖੇ ਅੱਜ ਆਪਣਾ ਕੈਰੀਅਰ ਵੀ ਬਣਾਉਂਦੇ ਆ ਕਿਉਂਕਿ ਇੱਥੇ JCB ਵੀ ਸਿਖਾਈ ਜਾਂਦੀ ਹੈ। ਪੰਜਾਬ ਡਰਾਈਵਿੰਗ ਸਕੂਲ, ਸਾਰਿਆਂ ਨਾਲੋਂ ਪਹਿਲਾਂ ਜਦੋਂ ਤੁਸੀਂ ਦਫ਼ਤਰ, ਮੈਂ ਦਫ਼ਤਰ ਦੱਸ ਦੇਵਾਂ, ਨਵਾਂ ਸ਼ਹਿਰ ਤੋਂ ਜਦੋਂ ਤੁਸੀਂ ਗੜਸ਼ੰਕ ਨੂੰ ਜਾਂਦੇ ਹੋ ਤਾਂ ਰਸਤੇ ਵਿੱਚ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਪੰਜਾਬ ਡਰਾਈਵਿੰਗ ਸਕੂਲ ਹੈ ਅਤੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਕੂਲ ਹੈ। ਅਤੇ ਸਾਰਿਆਂ ਨਾਲੋਂ ਪਹਿਲਾਂ ਤੁਹਾਨੂੰ ਡਰਾਈਵਿੰਗ ਸਿੱਖਣ ਤੋਂ ਪਹਿਲਾਂ ਸਾਈਨ ਬੋਰਡ ਇਹ ਪਤਾ ਹੋਣੇ ਚਾਹੀਦੇ ਆ ਕਿਉਂਕਿ ਤੁਸੀਂ ਜਦੋਂ ਵੀ ਸੜਕ 'ਤੇ ਜਾਂਦੇ ਆ ਤਾਂ ਤੁਹਾਨੂੰ ਇਹ ਸਾਈਨ ਬੋਰਡ ਹੀ ਕੋਈ ਬੋਲ ਕੇ ਨਹੀਂ ਦੱਸਣੇ ਹੁੰਦੇ ਕਿਉਂਕਿ ਸਾਈਨ ਲੱਗੇ ਹੁੰਦੇ ਆ, ਇਹ ਸਾਈਨ ਬੋਰਡ ਸਾਰੇ ਤੁਹਾਨੂੰ ਪਹਿਲਾਂ ਸਮਝਾਉਣੇ ਚਾਹੀਦੇ ਕਿਉਂਕਿ ਜਦੋਂ ਅਸੀਂ ਆਮ ਕਿਸੇ ਕੋਲ ਸਿੱਖਦੇ ਹਾਂ ਉਹ ਇੱਕ ਵਾਰ ਵੀ ਨਹੀਂ ਦੱਸਦਾ। ਪੰਜਾਬ ਡਰਾਈਵਿੰਗ ਸਕੂਲ ਦੇ ਮਾਲਕ ਭਾਜੀ, ਬਹੁਤ ਬਹੁਤ ਸਵਾਗਤ ਹੈ ਪੰਜਾਬੀ 365। ਸਭ ਤੋਂ ਪਹਿਲਾਂ ਮੈਂ ਤੁਹਾਡੀ ਪੰਜਾਬੀ 365 ਦੀ ਟੀਮ ਦਾ ਇੱਥੇ ਪਹੁੰਚਣ 'ਤੇ ਨਿੱਘਾ ਸਵਾਗਤ ਕਰਦਾ ਜੀ ਕਿ ਤੁਸੀਂ ਆਪਣੇ ਦਰਸ਼ਕਾਂ ਨੂੰ ਸਾਡੇ ਸਕੂਲ ਬਾਰੇ ਜਾਣਕਾਰੀ ਦੇ ਰਹੇ ਹੋ ਅਤੇ ਇੱਥੇ ਆਉਣ ਦੇ ਮੈਂ ਤੁਹਾਡਾ ਬਹੁਤ ਸਵਾਗਤ ਹੈ। ਅਤੇ ਭਾਅ ਜੀ, ਆਹ ਸਾਈਨ ਬੋਰਡ ਦੀ ਮੈਂ ਗੱਲ ਦੇਖਦਾ ਸੀਗਾ ਕਿ ਆਹ ਉੱਪਰਲੇ ਤਾਂ ਸਾਨੂੰ ਪਤਾ ਹੁੰਦਾ ਆ, ਜਦੋਂ ਅਸੀਂ ਘਰੇਲੂ ਆਪਣੇ ਭਰਾ ਕੋਲ ਆਪਣੇ ਫਾਦਰ ਸਾਹਿਬ ਕੋਲ ਸਿੱਖ ਲੈਂਦੇ ਹਾਂ ਅਤੇ ਆਹ ਥੱਲੜੇ ਸਾਨੂੰ ਸੈਕਸ਼ਨ ਨਹੀਂ ਪਤਾ ਹੁੰਦਾ, ਇਹ ਕਿੰਨੇ ਕੁ ਜ਼ਰੂਰੀ ਆ ਡਰਾਈਵਿੰਗ ਦੇ ਵਿੱਚ? ਜਿੱਥੋਂ ਤੱਕ ਰੋਡ ਸਾਈਨ ਦਾ ਸਵਾਲ ਹੈ, ਇਹ ਬਹੁਤ ਹੀ ਡਰਾਈਵਿੰਗ ਦੇ ਵਿੱਚ ਜਦੋਂ ਤੁਸੀਂ ਰੋਡ 'ਤੇ ਚੱਲਦੇ ਹੋ ਤਾਂ ਇਹ ਬਹੁਤ ਹੀ ਜ਼ਰੂਰੀ ਚੀਜ਼ ਹੈ। ਔਰ ਰੋਡ ਸਾਈਨ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਇਹ ਜ਼ਰੂਰੀ ਨਹੀਂ ਕਿ ਕਿਸੇ ਮੁਲਕ ਦੇ ਵਿੱਚ ਅਲੱਗ ਅਲੱਗ ਹੈਗੇ, ਹਰੇਕ ਮੁਲਕ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਚੱਲ ਜਾਈਏ ਰੋਡ ਸਾਈਨ ਜਿਹੜੇ ਉਹ ਸੇਮ ਹੁੰਦੇ ਆ, ਔਰ ਇਹ ਹੋ ਸਕਦਾ ਕਿ ਥੱਲੇ ਲੈਂਗੁਏਜ ਡਿਫਰੈਂਟ ਹੋਵੇ ਅਤੇ ਇੱਕ ਡਰਾਈਵਰ, ਅੱਛਾ ਪ੍ਰੋਫੈਸ਼ਨਲ ਡਰਾਈਵਰ ਨੂੰ ਇਹਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਆ। ਮੁੱਢਲੇ ਤੌਰ 'ਤੇ ਮੈਂ ਜੇ ਦੱਸਾਂ ਤਾਂ 3 ਤਰ੍ਹਾਂ ਦੇ ਡਰਾਈਵਿੰਗ ਸਾਈਨ ਜਿਹੜੇ ਆ, ਰੋਡ ਸਾਈਨ ਜਿਹੜੇ ਆ, ਉਹ ਹੁੰਦੇ ਆ ਇੱਕ ਸਰਕਲ ਦੇ ਵਿੱਚ, ਟ੍ਰਾਇੰਗਲ ਦੇ ਵਿੱਚ ਅਤੇ ਰੈਕਟੈਂਗਲ ਦੇ ਵਿੱਚ। Thank you.
ਅਤੇ ਪੰਜਾਬ ਸਕੂਲ ਦੇ ਸਟੂਡੈਂਟ ਜਿਹੜੇ ਇੱਥੇ ਡਰਾਈਵਿੰਗ ਸਿੱਖਣ ਆਉਂਦੇ ਆ, ਡਰਾਈਵਿੰਗ ਆਮ ਡਰਾਈਵਿੰਗ ਨਹੀਂ, ਟਰਾਲਾ ਸਿੱਖਣ ਆਉਂਦੇ ਆ, ਜੇ ਸੀ ਬੀ ਸਿੱਖਣ ਆਉਂਦੇ ਆ ਅਤੇ ਇੱਕ ਉਹ ਲੋਡਰ ਸਿੱਖਣ ਆਉਂਦੇ ਆ ਅਤੇ ਉਹਦੀ ਡਿਮਾਂਡ ਬਹੁਤ ਹੈ ਵਿਦੇਸ਼ਾਂ ਦੇ ਵਿੱਚ। ਇਹਨਾਂ ਸਟੂਡੈਂਟਾਂ ਨਾਲ ਗੱਲ ਕਰਦੇ ਹਾਂ ਕਿ ਆਖਿਰਕਾਰ ਇਸ ਜਿਹੜੇ ਇੰਸਟੀਟਿਊਟ ਵਿੱਚ ਆ ਕੇ ਉਹਨਾਂ ਨੇ ਡਿਫਰੈਂਟ ਕੁਝ ਸਿੱਖਿਆ ਜਾਂ ਉਹਨਾਂ ਦੇ ਕੈਰੀਅਰ ਨਾਲ ਕੀ ਸੰਬੰਧਿਤ ਹੈ, ਕਿਉਂਕਿ ਦੇਸ਼ ਵਿਦੇਸ਼ਾਂ ਦੇ ਵਿੱਚ ਜਦੋਂ ਵਿਦੇਸ਼ ਵਿੱਚ ਜਾਣਾ ਪੈਂਦਾ ਅਤੇ ਉੱਥੇ ਟਰਾਲੇ ਦੀ ਕਹਿੰਦੇ ਟਰਾਲਾ ਬੜਾ ਨੋਟ ਕਮਾਉਂਦਾ ਕੈਨੇਡਾ ਦੇ ਵਿੱਚ ਅਤੇ ਉਹਦੇ ਬਾਅਦ ਜੇ ਸੀ ਵੀ, ਇਹ ਤਿੰਨੇ ਚੀਜ਼ਾਂ ਜਿਹੜੀਆਂ ਕਮਾਈ ਦੇ ਵੱਡੇ ਸਾਧਨ ਬਣਦੇ ਆ, ਉਹਦੇ ਬਾਅਦ ਆ ਕੇ ਇੱਥੇ ਵੱਡੀਆਂ ਵੱਡੀਆਂ ਕੋਠੀਆਂ ਇਹ ਸਟੂਡੈਂਟ ਬਣਾਉਣਗੇ। ਮੇਰਾ ਨਾਮ ਪ੍ਰਭਜੋਤ ਸਿੰਘ ਜੀ। ਅਤੇ ਕੀ ਸਿੱਖ ਰਹੇ ਹੋ? ਮੈਂ ਟਰਾਲਾ ਚਲਾਉਣਾ ਸਿੱਖ ਰਿਹਾ ਜੀ। ਕਿਉਂ? ਮੈਂ ਬਾਹਰ ਦੀ ਫੋਰਨ ਕੰਟਰੀ ਦਾ ਅਪਲਾਈ ਕਰਨਾ ਹੈ ਕੈਨੇਡਾ ਦਾ, ਅਤੇ ਮੇਰੇ ਭਰਾ ਨੇ ਮੈਨੂੰ ਰੈਕਮੈਂਡ ਕੀਤਾ ਕਿ ਟਰਾਲਾ ਸਿੱਖਿਆ ਜੀ, ਕਿਉਂਕਿ ਉਹ ਉੱਧਰ ਡਰਾਈਵਰ ਆ। ਇੱਥੇ ਕਿਉਂ ਸਿੱਖ ਰਹੇ? ਕਿਉਂਕਿ ਮੈਨੂੰ ਵਧੀਆ ਲੱਗਿਆ ਜੀ ਇੱਥੇ, ਇੱਥੋਂ ਸਿੱਖ ਕੇ ਜਾਣਾ ਵੀ ਮੈਨੂੰ ਅੱਗੇ ਜਾ ਕੇ ਫਾਇਦੇਮੰਦ ਹੋਊਗਾ। ਕਿਵੇਂ ਦੀ ਟ੍ਰੇਨਿੰਗ ਹੈ ਇੱਥੇ? ਟ੍ਰੇਨਿੰਗ ਬਹੁਤ ਵਧੀਆ, ਉਸਤਾਦ ਜੀ ਵਧੀਆ ਸਿਖਾਉਂਦੇ ਨੇ, ਬਹੁਤ ਕੋਆਪਰੇਟਿਵ ਆ ਸਾਰਾ ਸਟਾਫ ਜਿੰਨਾ ਵੀ ਆ। ਕੈਨੇਡਾ ਦੇ ਵਿੱਚ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਇੱਕ ਟਰਾਲਾ ਜਿਹੜਾ ਆ ਉਹ ਨੋਟਾਂ ਦਾ ਢੇਰ ਲਾ ਦਿੰਦਾ ਅਤੇ ਉੱਥੇ ਦੀ ਚਮਕ, ਉੱਥੇ ਦੀ ਮਿਹਨਤ ਕੀਤੀ ਉਹ ਇੱਥੇ ਆ ਕੇ ਚਮਕ ਬਣਦੀ ਹੈ। ਚਮਕ ਦਮਕ ਨਾਲ ਜ਼ਿੰਦਗੀ ਬਿਤਾਉਣ ਲਈ ਤੁਹਾਡੇ ਕੋਲ ਇੱਕ ਹੁਨਰ ਚਾਹੀਦਾ ਜ਼ਰੂਰ। ਜਦੋਂ ਤੱਕ ਤੁਹਾਡੇ ਕੋਲ ਹੁਨਰ ਹੈ ਨਹੀਂ, ਉਦੋਂ ਤੱਕ ਤੁਸੀਂ ਵਿਦੇਸ਼ ਦੀ ਧਰਤੀ 'ਤੇ ਜਾ ਕੇ ਫਿਰ ਤੁਹਾਨੂੰ ਭਾਂਡੇ ਮਾਂਜਣੇ ਪੈਣੇ ਅਤੇ ਜਾਂ ਹੋਟਲਾਂ ਦੇ ਵਿੱਚ ਵੇਟਰ ਬਣਨਾ ਪੈਣਾ। ਜੇ ਹੁਨਰ ਹੈਗਾ ਤਾਂ ਤੁਸੀਂ ਕੁਛ ਨਾ ਕੁਛ ਜਿਹੜਾ ਘੱਟੋ ਘੱਟ ਮਹੀਨੇ ਦਾ 20-50 ਲੱਖ ਰੁਪਈਆ ਤੁਸੀਂ ਕਮਾ ਸਕਦੇ ਹੋ। ਅਤੇ ਭਾਅ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਰਾਜਨ ਹੈ ਜੀ। ਕੀ ਸਿੱਖਦੇ ਹੋ ਤੁਸੀਂ? ਮੈਂ ਵੀ ਟਰਾਵਲਰ ਸਿੱਖ ਰਿਹਾ। ਕਿਉਂ? ਕਿਉਂ ਜੀ, ਬਸ ਇੱਥੇ ਜਿਵੇਂ ਤੁਹਾਨੂੰ ਪਤਾ ਅੱਜ ਕੱਲ੍ਹ ਨੌਕਰੀਆਂ ਦਾ ਕੋਈ ਖਾਸ ਹੈ ਨਹੀਂ ਆ, ਅਤੇ ਇੱਦਾਂ ਦਾ ਕੰਮ ਅਗਰ ਆਪਾਂ ਸਿੱਖ ਕੇ ਵਧੀਆ ਆਪਣਾ ਜਾਂਦੇ ਹਾਂ ਅਤੇ ਸਾਡੀ ਵਧੀਆ ਕਮਾਈ ਹੁੰਦੀ ਆ ਅਤੇ ਆਪਣਾ ਬੰਦਾ ਵਧੀਆ ਸੈੱਟ ਹੋ ਜਾਂਦਾ, ਵਿਦੇਸ਼ਾਂ ਸੈੱਟ ਹੋ ਜਾਂਦਾ। ਅਤੇ ਜੇ ਤੁਸੀਂ ਵਿਦੇਸ਼ ਬਿਨਾਂ ਸਿੱਖੇ ਜਾ ਰਹੇ ਹੋ ਤਾਂ ਦੁਬਾਰਾ ਤੁਹਾਨੂੰ ਸ਼ਾਇਦ ਇੱਥੇ ਆ ਕੇ ਸਿੱਖਣਾ ਪਵੇਗਾ, ਕਿਉਂਕਿ ਜਦੋਂ ਤੁਸੀਂ ਦੁਬਈ ਦੇ ਵਿੱਚ ਸਿੱਖੋਗੇ ਤਾਂ ਬਹੁਤ ਮਹਿੰਗਾ ਉੱਥੇ ਜਿਹੜਾ ਟ੍ਰੇਨਿੰਗ ਸਕੂਲ ਹੈ। ਅਤੇ ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਮੈਂ ਦੁਬਈ ਤੋਂ ਆਇਆ ਜੀ। ਅਤੇ ਹੁਣ ਕਿਉਂ ਸਿੱਖਣ ਦੀ ਲੋੜ ਪਈ? ਉੱਥੇ ਫਿਰ ਜ਼ਿਆਦਾ ਮਹਿੰਗਾ ਜ਼ਿਆਦਾ ਪੈਂਦਾ ਉੱਥੇ, ਤਾਂ ਪਿੱਤੋਂ ਸਿੱਖ ਕੇ ਜਾਵਾਂਗੇ ਤਾਂ ਉਨਾ ਜ਼ਿਆਦਾ ਫਾਇਦਾ ਹੋਊਗਾ ਸਾਨੂੰ ਜਾਣ ਕੇ ਲਈ। ਇਹ ਜਿਹੜੇ ਸਿੱਖਣ ਦੀ JCB ਜਾਂ ਟਰਾਲਾ ਸਿੱਖਣ ਦਾ ਕੋਈ ਫਾਇਦਾ ਹੈਗਾ ਉੱਥੇ? ਹਾਂਜੀ ਨਹੀਂ, ਫਾਇਦਾ ਬਹੁਤ ਹੈ ਜੀ, ਨਹੀਂ ਬਾਅਦ ਲੇਬਰ ਦਾ ਕੰਮ ਕਰਨਾ ਆਪਣਾ ਇਹ ਚਲਾਵਾਂਗੇ ਤਾਂ ਸੈਲਰੀ ਵੀ ਜ਼ਿਆਦਾ ਹੈ ਸਰ, ਕੋਰੀ ਵਧੀਆ। ਮੈਂ ਇੱਥੇ ਟਰੱਕ ਸਿੱਖਣ ਆਇਆ ਸੀਗਾ ਕੋਚ ਸਾਹਿਬ ਤੋਂ, ਅਤੇ ਮਤਲਬ ਬਾਹਰ ਜਾਣ ਵਾਸਤੇ ਅਪਲਾਈ ਕੀਤਾ ਸੀਗਾ ਮੈਂ, ਅਤੇ ਕੁਛ ਉੱਥੇ ਵਧੀਆ ਨਾ ਲੇਬਰ ਕਰਨੀ ਪਵੇ ਜਾਂ ਰੈਸਟੋਰੈਂਟ ਵਗੈਰਾ 'ਚ ਕੰਮ ਨਾ ਕਰਨਾ ਪਵੇ ਅਤੇ ਬਾਹਰ ਕੰਮ ਨਾ ਕਰਨਾ ਪਵੇ, ਇਸ ਕਰਕੇ ਥੋੜ੍ਹਾ ਟਰੱਕ ਸਿੱਖਣ ਦੇ ਲਈ ਜ਼ੋਰ ਲਾ ਰਹੇ ਹਾਂ ਜੀ। ਅਤੇ ਸਰਦਾਰ ਧਰਮਿੰਦਰ ਸਿੰਘ, ਔਰ ਮੈਂ ਇਸ ਡਰਾਈਵਿੰਗ ਸਕੂਲ ਵਿੱਚ ਟਰਾਲਾ ਸਿੱਖ ਰਿਹਾ ਹਾਂ, ਔਰ ਮੇਰੀ ਕੈਨੇਡਾ ਜਾਣ ਦੀ ਇੱਛਾ ਹੈ ਜੋ ਕਿ ਮੈਂ ਇੱਥੋਂ ਟਰਾਲਾ ਸਿੱਖ ਕੇ ਕੈਨੇਡਾ ਜਾਣਾ ਚਾਹੁੰਦਾ ਹਾਂ। ਅਤੇ ਸੀਗਾ ਜੀ, ਦੇਸ਼ ਦੀ ਧਰਤੀ 'ਤੇ ਜਦੋਂ ਤੁਸੀਂ ਜਾਣਾ ਅਤੇ ਕੋਈ ਹੁਨਰ ਲੈ ਕੇ ਜਾਓਗੇ ਤਾਂ ਵਧੀਆ ਕਮਾਈ ਕਰੋਗੇ, ਨਹੀਂ ਤਾਂ ਉੱਥੇ ਵੇਟਰ ਬਣ ਕੇ ਭਾਂਡੇ ਚੁੱਕੋਗੇ। ਪੰਜਾਬ ਡਰਾਈਵਿੰਗ ਸਕੂਲ ਆਓ ਅਤੇ ਇੱਥੇ ਆ ਕੇ ਟਰਾਲਾ, JCB ਅਤੇ ਫੋਕਲਿਫਟ ਟ੍ਰੇਨਿੰਗ ਵੀ ਮੋਡ ਦੱਸਦੇ ਹਾਂ ਕਿ ਟ੍ਰੇਨਿੰਗ ਕਿਵੇਂ ਕਰਦੇ ਆ, ਟਰੈਕ ਵੀ ਦਿਖਾਉਂਦੇ ਹਾਂ ਤੁਹਾਨੂੰ। ਉਸ ਤੋਂ ਬਾਅਦ ਤੁਹਾਡੀ ਆਪਣੀ ਇੱਛਾ ਆ, ਇੱਕ ਵੱਖਰਾ ਡਿਸਕਾਊਂਟ ਵੀ ਪੰਜਾਬੀ 365 ਵੱਲੋਂ ਦਿੱਤਾ ਜਾਵੇਗਾ। ਜੇ ਕਿਸੇ ਨੇ ਵਿਦੇਸ਼ ਜਾਣਾ ਤਾਂ ਤੁਸੀਂ ਪੰਜਾਬ ਡਰਾਈਵਿੰਗ ਸਕੂਲ ਦੇ ਵਿੱਚ ਪਹਿਲਾਂ ਟਰਾਲਾ ਆ ਕੇ ਸਿੱਖੋ। ਅਤੇ ਤੁਹਾਡੇ ਕੋਲ ਕਿਹੜੇ ਕਿਹੜੇ ਸਟੂਡੈਂਟ ਆ ਰਹੇ ਜੀ? ਸਾਡੇ ਕੋਲ ਜ਼ਿਆਦਾਤਰ ਸਟੂਡੈਂਟ ਉਹ ਆ ਜਿਹੜੇ ਅੱਜ ਕੱਲ੍ਹ ਆਈਲੈਟਸ ਕਰਕੇ ਸਟੱਡੀ ਵੀਜ਼ੇ 'ਤੇ ਬਾਹਰ ਜਾ ਰਹੇ ਆ, ਕਿਉਂਕਿ ਉੱਥੇ ਇਸ ਪ੍ਰਕਾਰ ਦੀ ਜਿਹੜੀ ਟ੍ਰੇਨਿੰਗ ਆ ਬੜੀ ਐਕਸਪੈਂਸਿਵ ਮਹਿੰਗੀ ਆ, ਅਤੇ ਜੇ ਤੁਸੀਂ ਇੰਡੀਆ ਤੋਂ ਥੋੜ੍ਹੀ ਟ੍ਰੇਨਿੰਗ ਇਹਨਾਂ ਚੀਜ਼ਾਂ ਦੀ ਲੈ ਕੇ ਜਾਓ ਤਾਂ ਤੁਹਾਡਾ ਉੱਥੇ ਕਾਫੀ ਪੈਸਾ ਬਚ ਸਕਦਾ ਅਤੇ ਤੁਸੀਂ ਵਧੀਆ ਢੰਗ ਨਾਲ ਆਪਣਾ ਉੱਥੇ ਪੈਸਾ ਵੀ ਕਮਾ ਸਕਦੇ ਹੋ। ਅਤੇ ਸਾਡੇ ਕੋਲ ਫਿਲਹਾਲ 5 ਤਰ੍ਹਾਂ ਦੇ ਕੋਰਸ ਚੱਲ ਰਹੇ ਆ, ਜਿਹਦੇ ਵਿੱਚ ਸਭ ਤੋਂ ਹੀ ਪਾਪੂਲਰ ਜਿਹੜਾ ਟਰਾਲਾ ਟ੍ਰੇਨਿੰਗ ਤੁਸੀਂ ਦੇਖ ਕੇ ਹਟੇ ਹੋ, ਟਰਾਲਾ ਟ੍ਰੇਨਿੰਗ ਦਾ ਕੋਰਸ ਚੱਲ ਰਿਹਾ ਅਤੇ ਉਹਦੇ ਵਿੱਚ ਕਾਫੀ ਬੱਚੇ ਜਿਹੜੇ ਕੁਛ ਕਈ ਬਾਹਰੋਂ ਆ ਕੇ ਵੀ ਸਿੱਖ ਰਹੇ, ਕੋਈ ਜਾਣ ਵਾਲੇ ਵੀ ਸਿੱਖ ਰਹੇ ਆ।
ਅਤੇ ਸੈਕਿੰਡ ਨੰਬਰ 'ਤੇ ਸਾਡੇ ਕੋਲ ਜੇ ਸੀ ਵੀ ਲੋਡਰ ਦਾ ਆ, ਇਹ ਵੀ ਬਹੁਤ ਪਾਪੂਲਰ ਆ। ਤੁਸੀਂ ਦੇਖ ਰਹੇ ਹੋ ਕਿ ਅਰਬ ਦੇ ਵਿੱਚ ਇਹਦੀ ਕਾਫੀ ਪਾਪੂਲੈਰਿਟੀ ਆ, ਬੰਦਾ ਬਹੁਤ ਘੱਟ ਪੈਸਿਆਂ ਦੇ ਵਿੱਚ ਵਿਦੇਸ਼ ਜਾ ਕੇ ਆਪਣਾ ਰੋਜ਼ੀ ਰੋਟੀ ਦਾ ਜਿਹੜਾ ਸਾਧਨ ਕਰ ਸਕਦਾ। ਅਤੇ ਇੱਕ ਹੈ ਨਵਾਂ ਕੋਰਸ ਜਿਹੜਾ ਫੋਰਕਲਿਫਟਰ ਦਾ, ਇਹ ਬੜਾ ਪਾਪੂਲਰ ਆ। ਇਹ ਫੋਰਕਲਿਫਟ ਦੀ ਖਾਸੀਅਤ ਇਹ ਹੈਗੀ ਆ ਕਿ ਜਿਹੜੇ ਬੱਚੇ ਸਟੂਡੈਂਟ ਬੇਸ 'ਤੇ ਜਾਂਦੇ ਨੇ ਕੈਨੇਡਾ ਜਾਂ ਆਸਟ੍ਰੇਲੀਆ, ਅਤੇ ਉਹਨਾਂ ਦਾ ਜਿਹੜਾ ਟਰਾਲੇ ਦਾ ਲਾਇਸੈਂਸ ਹੈ ਉਦੋਂ ਤੱਕ ਬਣਦਾ ਜਦੋਂ ਤੱਕ ਪੀ ਆਰ ਨਹੀਂ ਹੁੰਦੀ। ਅਤੇ ਇਹ ਇੱਕ ਇਹੋ ਜਿਹਾ ਸਾਧਨ ਆ ਕਿ ਇਹਦਾ ਕੰਮ ਵੀ ਬਹੁਤ ਆ, ਉੱਥੇ ਵੇਅਰ ਹਾਊਸ ਫੈਕਟਰੀਆਂ ਦੇ ਵਿੱਚ ਬਹੁਤ ਇਹ ਤੋਂ ਕੰਮ ਲਿਆ ਜਾਂਦਾ, ਅਤੇ ਇਹਦਾ ਸਟੂਡੈਂਟ ਵੀਜ਼ੇ ਦੇ ਵਿੱਚ ਇਹਦਾ ਲਾਇਸੈਂਸ ਬੜੀ ਈਜ਼ੀ ਤਰੀਕੇ ਨਾਲ ਹੋ ਜਾਂਦਾ। ਸੋ ਮੈਂ ਇਹੀ ਅਪੀਲ ਕਰਦਾ ਕਿ ਟਰਾਲਾ, ਜਿੱਥੇ ਟਰਾਲਾ ਤੁਸੀਂ ਸਿੱਖ ਰਹੇ ਹੋ ਅਤੇ ਨਾਲ ਇਹ ਦੋ ਚੀਜ਼ਾਂ ਫੋਰਕਲਿਫਟ ਇਹ ਸਿੱਖ ਕੇ, ਜਿਨ੍ਹਾਂ ਨੇ ਅਰਬ ਨੂੰ ਜਾਣਾ ਆ ਉਹ ਆਪਣੇ ਜੇ ਸੀ ਵੀ ਜ਼ਿਆਦਾ ਸਿੱਖ ਕੇ ਜਾਣ ਉਹਦਾ ਕੰਮ। ਪੰਜਾਬ ਡਰਾਈਵਿੰਗ ਸਕੂਲ ਦੇ ਵਿੱਚ ਹਜ਼ਾਰਾਂ ਸਟੂਡੈਂਟ, ਕਿਉਂਕਿ ਪਿਛਲੇ 5 ਸਾਲ ਤੋਂ ਲਗਾਤਾਰ ਟ੍ਰੇਨਿੰਗ ਦੇ ਰਹੇ ਆ, ਅਤੇ ਹਜ਼ਾਰਾਂ ਸਟੂਡੈਂਟ ਜਿਹੜੇ ਆ ਉਹ ਵਿਦੇਸ਼ ਦੀ ਧਰਤੀ 'ਤੇ ਜਾ ਕੇ ਕਾਮਯਾਬ ਹੋ ਚੁੱਕੇ। ਤੁਸੀਂ ਕਿੰਨੇ ਕੁ ਸਟੂਡੈਂਟ ਇੱਥੋਂ ਸਿੱਖ ਕੇ ਬਾਹਰ ਚਲ ਗਏ? ਫੋਨ ਤਾਂ ਆਉਂਦੇ ਹੁਣ ਤੁਹਾਨੂੰ? ਹਾਂਜੀ, ਬਹੁਤ ਸਾਰੇ ਸਟੂਡੈਂਟ। ਮੇਰਾ ਇਹ ਜਿਹੜਾ ਸਕੂਲ ਹੈ ਕਾਰ ਟ੍ਰੇਨਿੰਗ ਦਾ, ਪਿਛਲੇ 5 ਸਾਲਾਂ ਤੋਂ ਬੜਾ ਵਧੀਆ ਚੱਲ ਰਿਹਾ, ਅਤੇ ਬਹੁਤ ਸਾਰੇ ਬੱਚੇ ਵਿਦੇਸ਼ ਵਿੱਚ ਜਾ ਕੇ ਵੀ ਲਾਇਸੈਂਸ ਲੈ ਚੁੱਕੇ ਆ ਹੁਣ ਤੱਕ, ਅਤੇ ਸੈਂਕੜੇ ਲੋਕ ਜਿਹੜੇ ਆ ਉਹ ਇੱਥੇ ਵੀ ਲੈ ਕੇ ਆਪਣਾ ਕੋਈ ਟੈਕਸੀ ਦਾ ਜਾਂ ਕੋਈ ਆਪਣੇ ਭਾਰ ਢੋਣ ਵਾਲੇ ਸਾਧਨਾਂ ਦਾ ਕੰਮ ਕਰ ਰਹੇ ਆ ਬਹੁਤ ਹੀ ਵਧੀਆ ਤਰੀਕੇ। ਤੁਸੀਂ ਇੰਟਰਨੈਸ਼ਨਲ ਕਿਉਂ ਲਿਖਿਆ ਆ? ਇੰਟਰਨੈਸ਼ਨਲ ਸਾਨੂੰ, ਅਸੀਂ ਇਹਨੂੰ ISO ਇੰਟਰਨੈਸ਼ਨਲ ਲਿਆ ਹੋਇਆ ਆ। ਉਸ ਤੋਂ ਭਾਵ ਇਹ ਆ ਕਿ ਜਿਹੜਾ ਸਾਡਾ ਇਹ ਕੋਰਸ ਆ ਇਹ ਬਕਾਇਦਾ ISO ਇੰਟਰਨੈਸ਼ਨਲ ਮਾਨਤਾ ਪ੍ਰਾਪਤ ਆ। ਇਹ ਸਾਡਾ ਸਰਟੀਫਿਕੇਟ ਆ ਜਿਹੜਾ ਇਹ ਤੁਹਾਡਾ ਵਿਦੇਸ਼ ਵਿੱਚ ਵੀ ਚੱਲੇਗਾ। ਇਹ ਸਰਟੀਫਿਕੇਟਾਂ ਦੀ ਕੋਈ ਵੈਲਿਊ ਹੁੰਦੀ ਕਿ ਨਹੀਂ? ਹਾਂਜੀ, ਮੈਂ ਤੁਹਾਡੇ ਮਾਧਿਅਮ ਜ਼ਰੀਏ ਤੁਹਾਡੇ ਦਰਸ਼ਕਾਂ ਨੂੰ ਇਹ ਦੱਸਦਾ ਕਿ ਜੇ ਤੁਸੀਂ ਇੰਡੀਆ ਦਾ LMB ਲਾਇਸੈਂਸ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਕਾਫੀ ਉਹਦੇ ਵਿੱਚ ਬੈਨੀਫਿਟ ਰਹਿੰਦਾ। ਜਿਵੇਂ ਕਿ ਜਿਸ ਬੱਚੇ ਕੋਲ LMB 1 ਸਾਲ ਪੁਰਾਣਾ ਕੈਨੇਡਾ ਦੇ ਵਿੱਚ, ਉਹ ਡਾਇਰੈਕਟ ਟਰਾਈ ਦੇ ਕੇ ਲਾਇਸੈਂਸ ਆਪਣਾ ਲੈ ਸਕਦਾ, ਉਹਨੂੰ ਉੱਥੇ ਦਾ ਲਰਨਿੰਗ ਲੈਣ ਦੀ ਜ਼ਰੂਰਤ ਨਹੀਂ ਹੈ। ਅਤੇ ਜੇ ਕੋਈ ਹੈਵੀ ਜਾਂ ਕਮਰਸ਼ਲ ਇਸ ਤਰੀਕੇ ਦਾ ਲਾਇਸੈਂਸ ਲੈ ਕੇ ਜਾਂਦਾ ਤਾਂ ਉਹਦੇ ਕੁਛ ਪੁਆਇੰਟ ਜਿਹੜੇ ਆ ਉਹਨੂੰ ਉੱਥੇ ਬੈਨੀਫਿਟ ਮਿਲਦਾ। ਅਤੇ ਦੂਜੀ ਗੱਲ ਇਹ ਆ ਕਿ ਉੱਥੇ ਇਹ ਜਿਹੜੀਆਂ ਟ੍ਰੇਨਿੰਗਸ ਬੜੀਆਂ ਐਕਸਪੈਂਸਿਵ ਆ, ਅਤੇ ਬਹੁਤ ਲੱਖਾਂ ਰੁਪਇਆ ਲੱਗ ਜਾਂਦਾ ਉੱਥੇ ਟ੍ਰੇਨਿੰਗ ਲੈਣ ਨੂੰ। ਜੇ ਤੁਸੀਂ ਇੱਥੋਂ ਥੋੜ੍ਹਾ ਹੱਥ ਖੋਲ੍ਹ ਕੇ ਜਾਂਦੇ ਹੋ ਤਾਂ ਤੁਹਾਡਾ ਉਹ ਪੈਸਾ ਜਿਹੜਾ ਉੱਥੇ ਬਚਦਾ।